ਕੈਲੀਫੋਰਨੀਆ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਸਦਰਨ ਕੈਲੀਫੋਰਨੀਆ ਦੇ ਇਲਾਕੇ 'ਚੋਂ ਇੱਥੇ ਇੱਕ ਔਰਤ ਉੱਤੇ ਹੁਣ ਕਾਫੀ ਤੌਰ ਦੇਤੇ ਦੋਸ਼ ਲਗਾਏ ਜਾ ਰਹੇ ਆ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹਨਾਂ ਜਿਹੜੇ ਕਾਫੀ ਦੋਸ਼ਾਂ ਦੇ ਉੱਤੇ ਵੀ ਇਸ ਨੇ ਆਪਣੇ ਘਰ ਵਾਲੇ ਨੂੰ ਜ਼ਹਿਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਔਰੇਂਜ ਕਾਉਂਟੀ ਦੇ ਵਿੱਚ ਜਿਹੜਾ ਸ਼ਹਿਰ ਆ ਸਿਟੀ ਆਫ ਆਰਵਾਇਨ ਉੱਥੇ ਇੱਕ ਬੰਦੇ ਨੇ ਰਿਪੋਰਟ ਕੀਤਾ ਵੀ ਉਹਦੀ ਜਿਹੜੀ ਵਾਈਫ ਜੋ ਕਿ ਪਿਛਲੇ 10 ਸਾਲਾਂ ਦੀ ਆ ਉਹਨੂੰ ਸ਼ੱਕ ਆ ਵੀ ਉਸ ਨੂੰ ਲਗਾਤਾਰ ਜ਼ਹਿਰ ਦਿੰਦੀ ਆ ਰਹੀ ਆ ਪਿਛਲੇ 1 ਮਹੀਨੇ ਤੋਂ ਉਹ ਲਗਾਤਾਰ ਬਿਮਾਰ ਹੁੰਦਾ ਜਾ ਰਿਹਾ ਸੀਗਾ ਯੂਜ਼ੂ 45 ਸਾਲਾਂ ਦੀ ਇਸ ਨੂੰ ਬਾਜ਼ ਦੇ ਵਿੱਚ ਜਾਂਚ ਕਰਨ ਵਾਲਿਆਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਤੇ ਕਹਿੰਦੇ ਵੀ ਉਹ ਅਦਾਲਤ ਵਿੱਚ ਪੇਸ਼ ਉਸ ਨੂੰ ਕੀਤਾ ਗਿਆ ਤੇ ਹੁਣ 30000 ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਇਹ ਡਰਮਟੋਲੋਜਿਸਟ ਹੈਗੀ ਆ ਇਹ ਜਿਹੜੀ ਉਹਦਾ ਬੀਬੀ ਹਾਲ ਦੀ ਘੜੀ ਕੋਈ ਉਸਦਾ ਅਟਰਨੀ ਤਾਂ ਨਹੀਂ ਆ ਅਰਵਿੰਡ ਪੋਲਿਸ ਨੇ ਕਨਫਰਮ ਜਿਹੜਾ ਉਹ ਕਿਤਾ ਆ ਵੀ ਜਿਹੜੀ ਯੂ ਆ ਉਸਨੇ ਆਪਣੇ ਘਰ ਵਾਲੇ ਦੇ ਫੂਡ ਨੂੰ ਪੋਇਜ਼ਨ ਨਹੀਂ ਕੀਤਾ ਪਰ ਕਹਿੰਦੇ ਵੀ ਇਹ ਨਹੀਂ ਪਤਾ ਲੱਗਾ ਵੀ ਵੀ ਇਸਨੇ ਪੋਇਜ਼ਨ ਯੂਜ਼ ਕੀਤਾ ਹੈ ਇਹ ਜੇ ਕੀਤਾ ਤਾਂ ਕਿਸ ਕਿਸ ਤਰੀਕੇ ਦੇ ਵਿੱਚ ਕਿਹੜੀਆਂ ਹੋਰ ਚੀਜ਼ਾਂ ਚ ਪਾ ਕੇ ਕਿੱਤਾ ਹੋ ਸਕਦਾ ਹੈ ਸੋ ਪ੍ਰੋਵੀਡੈਂਸ ਮਿਸ਼ਨ ਹਸਪੀਟਲ ਦੇ ਵਿੱਚ ਓਦਾਂ ਕੰਮ ਕਰਦੀ ਹੈ ਤੇ ਕਹਿੰਦੇ ਵੀ ਉਹ ਜਿਹੜਾ ਹਸਪਤਾਲ ਵਾਲੇ ਵੀ ਪੁਲਿਸ ਦੇ ਨਾਲ ਇਸ ਜਾਂਚ ਦੇ ਵਿੱਚ ਲੱਗੇ ਆ ਸੋ ਕਹਿੰਦੇ ਵੀ ਇਹ ਡੋਮੈਸਟਿਕ ਇਸ਼ੂ ਲੱਗਾ ਆ ਤੇ ਕਿਸੇ ਦੀ ਪੇਸ਼ੈਂਟ ਨੂੰ ਓਦਾਂ ਕੋਈ ਅਸਰ ਨਹੀਂ ਪਿਆ ਪਰ ਲੋਕ ਜਿਹੜੇ ਹਜੂ ਜੀ ਕਿੱਥੋਂ-ਕਿੱਥੋਂ ਤੱਕ ਜਿਹੜੇ ਉਹ ਚਲੇ ਜਾਂਦੇ ਆ ਸੋ ਇਹ ਬੰਦੇ ਨੂੰ ਲੱਗਾ ਵੀ ਸ਼ੱਕ ਹੋਇਆ ਵੀ ਮੈਨੂੰ ਇਹ ਜ਼ਹਿਰ ਦੇ ਰਹੀ ਆ ਤੇ ਫਿਰ ਜਾ ਕੇ ਉਸ ਨੂੰ ਹੁਣੇ ਗ੍ਰਿਫਤਾਰ ਕੀਤਾ ਗਿਆ ਤੇ ਦਸਾਂ ਸਾਲਾਂ ਤੋਂ ਇਹ ਵੀ ਆਸੀ ਕੈਲੀਫੋਰਨੀਆ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਸਦਰਨ ਕੈਲੀਫੋਰਨੀਆ ਦੇ ਇਲਾਕੇ 'ਚੋਂ ਇੱਥੇ ਇੱਕ ਔਰਤ ਉੱਤੇ ਹੁਣ ਕਾਫੀ ਤੌਰ ਦੇਤੇ ਦੋਸ਼ ਲਗਾਏ ਜਾ ਰਹੇ ਆ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹਨਾਂ ਜਿਹੜੇ ਕਾਫੀ ਦੋਸ਼ਾਂ ਦੇ ਉੱਤੇ ਵੀ ਇਸ ਨੇ ਆਪਣੇ ਘਰ ਵਾਲੇ ਨੂੰ ਜ਼ਹਿਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਔਰੇਂਜ ਕਾਉਂਟੀ ਦੇ ਵਿੱਚ ਜਿਹੜਾ ਸ਼ਹਿਰ ਆ ਸਿਟੀ ਆਫ ਆਰਵਾਈਨ ਉੱਥੇ ਇੱਕ ਬੰਦੇ ਨੇ ਰਿਪੋਰਟ ਕੀਤਾ ਵੀ ਉਹਦੀ ਜਿਹੜੀ ਵਾਈਫ ਜੋ ਕਿ ਪਿਛਲੇ 10 ਸਾਲਾਂ ਦੀ ਆ ਉਹਨੂੰ ਸ਼ੱਕ ਆ ਵੀ ਉਸ ਨੂੰ ਲਗਾਤਾਰ ਜ਼ਹਿਰ ਦਿੰਦੀ ਆ ਰਹੀ ਆ ਪਿਛਲੇ 1 ਮਹੀਨੇ ਤੋਂ ਉਹ ਲਗਾਤਾਰ ਬਿਮਾਰ ਹੁੰਦਾ ਜਾ ਰਿਹਾ ਸੀਗਾ ਯੂਜ਼ੂ 45 ਸਾਲਾਂ ਦੀ ਇਸ ਨੂੰ ਬਾਅਦ ਦੇ ਵਿੱਚ ਜਾਂਚ ਕਰਨ ਵਾਲਿਆਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਤੇ ਕਹਿੰਦੇ ਵੀ ਉਹ ਅਦਾਲਤ ਵਿੱਚ ਪੇਸ਼ ਉਸ ਨੂੰ ਕੀਤਾ ਗਿਆ ਤੇ ਹੁਣ 30000 ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਇਹ ਡਰਮਟੋਲੋਜਿਸਟ ਹੈਗੀ ਆ ਇਹ ਜਿਹੜੀ ਉਦਾਂ ਬੀਬੀ ਹਾਲ ਦੀ ਘੜੀ ਕੋਈ ਉਸਦਾ ਅਟਰਨੀ ਤਾਂ ਨਹੀਂ ਆ ਅਰਵਿੰਡ ਪੋਲਿਸ ਨੇ ਕਨਫਰਮ ਜਿਹੜਾ ਉਹ ਕਿਤਾ ਆ ਵੀ ਜਿਹੜੀ ਯੂ ਆ ਉਸਨੇ ਆਪਣੇ ਘਰ ਵਾਲੇ ਦੇ ਫੂਡ ਨੂੰ ਪੋਇਜ਼ਨ ਨਹੀਂ ਕੀਤਾ ਪਰ ਕਹਿੰਦੇ ਵੀ ਇਹ ਨਹੀਂ ਪਤਾ ਲੱਗਾ ਵੀ ਵੀ ਇਸਨੇ ਪੋਇਜ਼ਨ ਯੂਜ਼ ਕੀਤਾ ਹੈ ਇਹ ਜੇ ਕੀਤਾ ਤਾਂ ਕਿਸ ਕਿਸ ਤਰੀਕੇ ਦੇ ਵਿੱਚ ਕਿਹੜੀਆਂ ਹੋਰ ਚੀਜ਼ਾਂ ਚ ਪਾ ਕੇ ਕਿੱਤਾ ਹੋ ਸਕਦਾ ਹੈ ਸੋ ਪ੍ਰੋਵੀਡੈਂਸ ਮਿਸ਼ਨ ਹਸਪੀਟਲ ਦੇ ਵਿੱਚ ਓਦਾਂ ਕੰਮ ਕਰਦੀ ਹੈ ਤੇ ਕਹਿੰਦੇ ਵੀ ਉਹ ਜਿਹੜਾ ਹਸਪਤਾਲ ਵਾਲੇ ਵੀ ਪੁਲਿਸ ਦੇ ਨਾਲ ਇਸ ਜਾਂਚ ਦੇ ਵਿੱਚ ਲੱਗੇ ਆ ਸੋ ਕਹਿੰਦੇ ਵੀ ਇਹ ਡੋਮੈਸਟਿਕ ਇਸ਼ੂ ਲੱਗਾ ਹੈ ਤੇ ਕਿਸੇ ਦੀ ਪੇਸ਼ੈਂਟ ਨੂੰ ਓਦਾਂ ਕੋਈ ਅਸਰ ਨਹੀਂ ਪਿਆ ਪਰ ਲੋਕ ਜਿਹੜੇ ਹਰਜੋ ਸਿੰਘ ਜੀ ਕਿੱਥੋਂ-ਕਿੱਥੋਂ ਤੱਕ ਜਿਹੜੇ ਉਹ ਚਲੇ ਜਾਂਦੇ ਆ ਸੋ ਇਹ ਬੰਦੇ ਨੂੰ ਲੱਗਾ ਵੀ ਸ਼ੱਕ ਹੋਇਆ ਵੀ ਮੈਨੂੰ ਇਹ ਜ਼ਹਿਰ ਦੇ ਰਹੀ ਆ ਤੇ ਫਿਰ ਜਾ ਕੇ ਉਸ ਨੂੰ ਹੁਣੇ ਗ੍ਰਿਫਤਾਰ ਕੀਤਾ ਗਿਆ ਤੇ ਦਸ ਸਾਲਾਂ ਤੋਂ ਇਹ